ਲੋਕਾਂ ਤਾਂ ਬੜਾ ਕੁਛ ਆਖਿਆ ਸਾਨੂੰ, ਮੀਂਹ ਤਾਂ ਬੜਾ ਕੁਛ ਆਖਿਆ। ਮੈਂ ਘਰ ਘਰ ਵੀ ਜਾਂਦੀ ਰਹੀ ਨਾ, ਤਾਂ ਵੀ ਲੋਕ ਆਖਣਾ ਇਹ ਰੋਜ਼ ਆਈ ਜਾਂਦੀ ਹੈ, ਸਾਰੇ ਬੁੱਢੀ ਆਈ ਜਾਂਦੀ, ਝੋਲਾ ਚੁੱਕੀ ਹੈ, ਰੋਜ਼ ਹੀ ਆਈ ਜਾਂਦੀ ਹੈ ਭੇਮ ਮਤਲਬ। ਪਰ ਮੈਂ ਫਿਰ ਵੀ ਨਹੀਂ, ਅਸੀਂ ਆਪਣੇ ਦਿਲਾਂ ਕੰਨਾਂ ਨਹੀਂ ਗੱਲ ਲਾਈ ਵੀ ਚਲੋ ਆਖਦੇ ਤਾਂ ਆਖੋ ਗੱਡੇ, ਮੇਰਾ ਸਮਾਨ ਵਿਕਦਾ ਹੈ ਭੇਮ ਮਤਲਬ। ਕਹਿੰਦੇ ਹਨ ਕਿ ਜੇਕਰ ਤੁਹਾਡੇ ਮਨ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇੱਕ ਨਾ ਇੱਕ ਦਿਨ ਬੰਦਾ ਉਸ ਮੁਕਾਮ ਨੂੰ ਹਾਸਿਲ ਕਰ ਹੀ ਲੈਂਦਾ ਹੈ। ਅੱਜ ਅਸੀਂ ਤੁਹਾਨੂੰ ਪਠਾਨਕੋਟ ਦੇ ਨਾਲ ਲੱਗਦੇ ਪਿੰਡ ਹਾੜੇ ਦੀ ਇੱਕ ਅਜਿਹੀ ਔਰਤ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਇੱਕ ਸੈਲਫ ਹੈਲਪ ਗਰੁੱਪ ਤਿਆਰ ਕੀਤਾ ਅਤੇ ਹੁਣ ਉਹ ਕਈ ਮਹਿਲਾਵਾਂ ਨੂੰ ਰੋਜ਼ਗਾਰ ਦੇ ਰਹੀ ਹੈ। ਉਸਦੇ ਇਸ ਕੰਮ ਦੇ ਸਦਕਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉਸ ਦਾ ਸਨਮਾਨ ਕੀਤਾ ਗਿਆ। ਦੋ ਹਜ਼ਾਰ ਦੋ 'ਚ ਅਸੀਂ ਗਰੁੱਪ ਬਣਾਇਆ ਹਾ, ਸਾਡਾ ਇੱਕ ਪ੍ਰੋਜੈਕਟ ਆਇਆ ਹਾ ਵਰਲਡ ਬੈਂਕ ਦਾ, ਅਤੇ ਉਹਦੇ ਵਿੱਚ ਮੈਡਮਾਂ ਆਈਆਂ ਅਤੇ ਉਹਨੇ ਸਾਨੂੰ ਬੋਲਿਆ ਵੀ ਤੁਸੀਂ ਨਾ ਇੱਕ ਰਲੀਏ ਇੱਕ ਗਰੁੱਪ ਖੋਲ੍ਹੋ, ਤੁਸੀਂ ਕੀ ਮਤਲਬ ਫਾਇਦਾ ਹੋਊ ਉਹਦੇ ਵਿੱਚ। ਅਤੇ ਅਸੀਂ ਨਾ ਫਿਰ ਉਹ 2000 'ਚ ਦੋ ਇੱਕ ਗਰੁੱਪ ਬਣਾਇਆ, 20 ਜਨਾਨੀਆਂ ਜੁੜੀਆਂ ਸਾਡੇ ਨਾਲ। ਏਰੀਏ 'ਚ ਅੰਬ ਸ਼ੰਬ ਵੀ ਬੜੇ ਹੁੰਦੇ ਨੇ ਵੀ ਮਤਲਬ ਆਪਣਾ, ਮਤਲਬ ਅੰਬ ਚੂਰਾ, ਅੰਬ ਪਾਪੜ ਬਣਾਉਂਦੀਆਂ, ਫੁੱਲਬੜੀਆਂ ਬਣਾਉਂਦੀਆਂ, ਮਾਂਹ ਦੀਆਂ ਬੜੀਆਂ ਬਣਾਉਂਦੀਆਂ, ਪਰ ਇਹ ਸੇਲ ਕਰਨ ਨਹੀਂ ਕੁਝ ਵੀ ਜਾਂਦੀਆਂ। ਜਿਹੜੀ ਇਹਨੇ ਘਰ ਚੀਜ਼ ਮਤਲਬ ਜਿੱਦਾਂ 10 ਕਿਲੋ ਬਣਾਈ, 4 ਕਿਲੋ ਉਹਦੇ ਘਰ ਲੱਗੀ ਗਈ ਚੀਜ਼, ਜਿਹੜੀ ਉਹ 6 ਕਿਲੋ ਬਚੀ ਉਹ ਮਿਗੀ ਦੇ ਦਿੰਦੀਆਂ ਵੀ ਤੂੰ ਅੜੀਏ ਸਾਨੂੰ ਵੇਚੀਏ ਤਾਂ ਪੈਸੇ ਦੇ ਦਿਆਂ। ਵਪਾਰੀ ਅੱਗੇ ਆਉਂਦੇ ਹਾਂ ਪਾਪੜ ਅਤੇ 50 ਰੁਪਏ ਮਤਲਬ 60 ਰੁਪਏ ਕਿਲੋ ਮਤਲਬ ਲੈਂਦੇ ਇਹਦੇ ਕੋਲ, ਅਤੇ ਮੈਂ ਇਹਦੇ ਕੋਲ 100 ਰੁਪਇਆ ਕਿਲੋ ਖਰੀਦੀ ਲੈਂਦੀ, ਮਿਗੀ 100 ਦੇ ਦਿਓ ਤੁਸੀਂ। ਉਹ ਮੈਂ ਭਾਵੇਂ ਚਾਹੇ 150 ਵੇਚੀ ਲਾਂ, ਭਾਵੇਂ ਮੈਂ 200 ਰੁਪਏ ਵੇਚੀ ਲਾਂ, ਮਤਲਬ ਉਹ ਮਿਗੀ ਜੇ ਸਮਾਨ ਬਣਾਈਏ ਦੇ ਦਿੰਦੀਆਂ ਨੇ। ਲੋਕਾਂ ਤਾਂ ਬੜਾ ਕੁਛ ਆਖਿਆ ਸਾਨੂੰ, ਮਿਗੀ ਤਾਂ ਬੜਾ ਕੁਛ ਆਖਿਆ। ਮੈਂ ਘਰ ਘਰ ਵੀ ਜਾਂਦੀ ਰਹੀ ਨਾ, ਤਾਂ ਵੀ ਲੋਕ ਆਖਣਾ ਇਹ ਰੋਜ਼ ਆਈ ਜਾਂਦੀ ਹੈ, ਮਤਲਬ ਮੈਂ ਮੈਡਮਾਂ ਮੇਰੇ ਕੋਲ ਬੈਂਕ ਇੱਕ ਕੋਪਰੇਟ ਬੈਂਕ ਹੈ, ਮੈਡਮ ਹੈ ਇੱਕ, ਉਹ ਵੀ ਮੇਰੇ ਕੋਲ ਸਮਾਨ ਲੈਂਦੀ ਹੈ। ਪੰਜਾਬ ਨੈਸ਼ਨਲ ਬੈਂਕ ਵਾਲੇ ਵੀ ਹੁਣ ਵਾਕਫ਼ ਹੋਈ ਗਏ ਕਿ ਹਰ ਮਹੀਨੇ ਜਾਣਾ ਪੈਸੇ ਜਮ੍ਹਾਂ ਕਰਾਉਣ, ਅਤੇ ਉਹ ਵੀ ਮੇਰੇ ਕੋਲ ਸਮਾਨ ਲੈ ਲੈਂਦੇ ਨੇ। DFO ਦਫ਼ਤਰ ਵੀ ਜਾਂਦੇ ਨੇ, ਅਤੇ ਉਹ DFO ਸਾਰੇ ਬੁੱਢੀ ਆਈ ਜਾਂਦੀ, ਝੋਲਾ ਚੁੱਕੀ ਹੈ, ਰੋਜ਼ ਹੀ ਆਈ ਜਾਂਦੀ ਹੈ ਭੇਮ ਮਤਲਬ। ਪਰ ਮੈਂ ਫਿਰ ਵੀ ਨਹੀਂ, ਅਸੀਂ ਆਪਣੇ ਦਿਲਾਂ ਕੰਨਾਂ ਨਹੀਂ ਗੱਲ ਲਾਈ ਵੀ ਚਲੋ ਆਖਦੇ ਤਾਂ ਆਖੋ ਗੱਡੇ, ਮੇਰਾ ਸਮਾਨ ਵਿਕਦਾ ਹੈ ਭੇਮ ਮਤਲਬ। ਮਿਗੀ ਇੱਕ ਸ਼ੌਕ ਹੈ ਜੀ ਕੰਮ ਕਰਨ ਦਾ, ਕਿ ਮੈਂ ਇਹ ਕੰਮ ਕਰਾਂ ਭੇਮ ਮਤਲਬ, ਵਿਹਲੇ ਨਹੀਂ ਪਾਉਣਾ ਭੇਮ ਮਤਲਬ, ਨਾ ਕਿਸੇ ਦੇ ਘਰ ਜਾਣਾ, ਨਾ ਕਿਸੇ ਦੀ ਚੁਗਲੀ ਨਿੰਦਿਆ, ਕੁਛ ਨਹੀਂ ਕਰਨੀ ਭੇਮ ਮਤਲਬ, ਅਤੇ ਇੱਕ ਸ਼ੌਕ ਹੈ ਕੰਮ ਕਰਨ ਦਾ। ਬਾਕੀ ਤਾਂ ਮੇਰੇ ਘਰ ਦੇ ਸਾਰੇ ਆਪਣੇ ਆਪਣੇ ਰੁਜ਼ਗਾਰ ਲੱਗੇ ਦੇ, ਮੇਰੇ ਪੋਤਰੇ ਵੀ ਲੱਗੇ ਦੇ, ਦੋ ਹੈ ਰੁਜ਼ਗਾਰ ਸਿਰ, ਪੋਤਰਾ ਡੂੰਘਾ ਵੀ ਹੈ ਨਾ, ਇਹ ਮੇਰਾ ਲੜਕਾ ਇੱਚਾ ਲੜਕਾ ਆ ਕਿ ਕੈਪਟਨ ਪੈਨਸ਼ਨ ਆਉਣੀ ਆ, ਮਰੂਤੀ ਏਜੰਸੀ 'ਚ ਲੱਗੇ ਦਾ, ਦੁਬਾਰਾ ਲੱਗੀ ਆ ਮਤਲਬ। ਅਤੇ ਇੱਕ ਨੂੰਹ ਹੈ ਮੇਰੀ ਘਰ ਅਤੇ ਇੱਕ ਮੈਂ ਹਾਂ ਘਰ, ਅਤੇ ਮੈਂ ਤਾਂ ਆਪਣੇ ਘਰ ਹੀ ਸਾਰਾ ਦਿਨ ਆਪਣਾ ਕੰਮ ਕਰਦੀ ਰਹਿੰਦੀ ਹਾਂ। ਪਹਿਲੀ ਵਾਰੀ ਮੈਂ ਸਾਨੂੰ ਲੁਧਿਆਣੇ ਲਈ ਗਏ ਸੀ ਉਹ, ਅਤੇ ਅੰਬ ਚੂਰਾ ਅਤੇ ਅੰਬ ਪਾਪੜ ਅਤੇ ਮਾਂਹ ਦੀਆਂ ਬੜੀਆਂ ਲੈਤੀਆਂ, ਫੁੱਲਬੜੀਆਂ ਕੁਛ ਲੈਤੀਆਂ, ਅਤੇ ਗੱਡੀ ਹੁੰਦੀ ਸੀ ਮਤਲਬ, ਅਤੇ 3000 ਰੁਪਇਆ ਮਿਲਿਆ ਮਿਗੀ ਉੱਥੋਂ ਦਾ। ਉਹਦੇ ਕੰਨਾਂ ਜਿਹੜਾ ਮੇਰਾ ਜਿਹੜਾ ਉਹ ਵਧੀ ਗਿਆ ਅਤੇ ਉਹਦੇ ਕੰਨਾਂ ਉਸ ਤੋਂ ਬਾਅਦ 'ਚ ਮੈਂ ਕੰਮ ਕਰਦੀ ਰਹੀ ਹੈ। ਮੇਰੇ ਘਰ ਵਾਲਾ ਨਹੀਂ ਕਰਦਾ ਮੇਰੇ ਕੰਨਾਂ ਕੰਮ ਨਹੀਂ ਕਰਵਾਉਂਦੇ, ਮੈਂ ਨਹੀਂ ਬੋਲਣਾ ਲਓ ਮੇਰੇ ਨਾਲ ਕਰਵਾ ਲਓ, ਥੋੜ੍ਹਾ ਜਿਹਾ ਇਹ ਕਰਾ ਲਓ, ਨਾ ਬੋਲ ਦੇਣਾ ਕਰਨਾ ਤਾਂ ਘਰ ਨਹੀਂ ਕਰਨਾ ਨਹੀਂ ਕਰ। ਪਰ ਜਦੋਂ ਮੈਂ ਮਿਗੀ ਦਿੱਲੀ ਸੱਦਿਆ ਅਤੇ ਉਸ ਤੋਂ ਬਾਅਦ 'ਚ ਫਿਰ ਇਹ ਮੇਰੇ ਕੰਨਾਂ ਕੰਮ ਕਰਵਾਉਣ ਲੱਗੇ। ਦਿੱਲੀ ਸੱਦਿਆ ਹੈ ਪ੍ਰਧਾਨ ਮੰਤਰੀ ਨੇ ਸਨਮਾਨਿਤ ਕਰਨ ਵਾਸਤੇ, ਇਹਨਾਂ ਜੰਗਲਾਤ ਵਾਲਿਆਂ ਸਾਨੂੰ ਨਾ ਮਤਲਬ ਮੇਰੀ ਸਾਡੀ ਬੜੀ ਮੇਰੀ ਬੜੀ ਮਦਦ ਕੀਤੀ ਹੈ।
ਤੇ ਦਰਸ਼ਨਾ ਦੇਵੀ ਜਿਹੜੇ ਸਾਡੇ ਪਿੰਡ ਦੇ ਇਹਨਾਂ ਨੇ ਕੰਮ ਚਲਾਇਆ, ਫਿਰ ਉਹਦੇ ਨਾਲ ਅਸੀਂ ਵੀ ਗਰੁੱਪ ਨਾਲ ਜੁੜੇ, ਅਸੀਂ ਵੀ ਕੰਮ ਕਰਨਾ ਸ਼ੁਰੂ ਕੀਤਾ ਅਤੇ ਸਾਨੂੰ ਬੜਾ ਵਧੀਆ ਲੱਗਦਾ, ਨਾਲ ਸਾਡਾ ਟਾਈਮ ਪਾਸ ਹੋ ਜਾਂਦਾ, ਕਹਿੰਦੇ ਇਨਕਮ ਸੋਰਸ ਹੋ ਜਾਂਦਾ। ਸਾਡੇ ਇਹ ਅੰਬ ਖੁਦ ਆਪਣੇ ਹੁੰਦੇ ਨੇ ਵੀ, ਅਤੇ ਅੰਬ ਲੈਣ ਦੇ ਵੀ ਚੋ ਕੇ ਫਿਰ ਉਹਨਾਂ ਛਿੱਲ ਕੇ ਅੰਬ 'ਚ ਖੱਟੀਆਂ ਬਣਾਉਣੀਆਂ, ਖੱਟੀਆਂ ਸੁਕਾਉਣੀਆਂ, ਫਿਰ ਅੰਬ ਚੂਰ ਬਣਾਉਣੇ, ਅਤੇ ਫਿਰ ਇਹਨਾਂ ਨੂੰ ਅਸੀਂ ਪੈਕ ਇਹਨਾਂ ਨੂੰ ਦੇ ਦਿੰਦੇ ਅਸੀਂ, ਅਤੇ ਇਹ ਫਿਰ ਪੈਕ ਕਰਕੇ ਤੇ ਅੱਗੇ ਵੇਚ ਦਿੰਦੇ। ਅਸੀਂ ਆਮ ਪਾਪੜ, ਆਮ ਚੂਰ, ਆਮ ਦਾ ਅਚਾਰ ਅਤੇ ਹੋਰ ਆਮਲੇ ਦਾ ਮਤਲਬ ਬੜੀਆਂ, ਫੁੱਲ ਬੜੀਆਂ, ਫਿਰ ਪਾਪੜ, ਆਮ ਪਾਪੜ, ਇਹ ਸਭ ਅਸੀਂ ਤਿਆਰ ਕਰਦੇ ਹਾਂ ਆਪਣੇ ਇੱਥੋਂ। ਅਸੀਂ 2002 'ਚ ਇਸ ਗਰੁੱਪ ਨਾਲ ਜੁੜੇ ਸੀ ਜੀ, ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ ਸਾਰੇ ਜੀ, ਅੰਬ ਦਾ ਅਚਾਰ, ਨਿੰਬੂ ਦਾ ਅਚਾਰ, ਬੜੀਆਂ, ਮਾਂ ਦੀਆਂ ਬੜੀਆਂ, ਫੁੱਲ ਬੜੀਆਂ ਅਤੇ ਨਾਲ ਆਮਲੇ ਦਾ ਕੰਮ ਸਾਡਾ ਜਿਹੜਾ ਉਹ 2-3 ਮਹੀਨੇ ਚੱਲਦਾ ਹੈ। ਤਾਂ ਇਹ ਸੀ 75 ਸਾਲਾਂ ਬਜ਼ੁਰਗ ਸੁਦਰਸ਼ਨਾ ਦੇਵੀ ਦੀ ਕਹਾਣੀ, ਜਿਸ ਨੇ ਆਪਣੀ ਮਿਹਨਤ ਸਦਕਾ ਸਮਾਜ ਦੀ ਸੋਚ ਬਦਲ ਦਿੱਤੀ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।